ਹੋਰ ਅਪਡੇਟਸ ਦੇ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ। Mr. Singh Productions presents Sangh Sadhuan da Gur ki Seva Eh var mangan da tya Sangh Sadhuan da Gur ki Seva Eh var mangan da tya Sangh da Gur ki Seva Eh var mangan da tya Sangh Sadhuan da Gur ki Seva Eh var ਸਾਧੂਆਂ ਦਾ ਗੁਰ ਕੀ ਸੇਵਾ ਇਹੋ ਵਾਰ ਮੰਗਾਂ ਦਾ ਧਿਆਨ ਸਾਧੂਆਂ ਦਾ ਗੁਰ ਕੀ ਸੇਵਾ ਇਹੋ ਵਾਰ ਮੰਗਾਂ ਦਾ ਧਿਆਨ 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 ਸੰਗ ਸਾਧੂਆਂ ਦਾ ਗੁਰ ਕੀ ਸੇਵਾ ਇਹੋ ਵਾਰ ਮੰਗਾਂ ਦਾ ਧਿਆਨ ਸਾਧੂਆਂ ਦਾ ਗੁਰ ਕੀ ਸੇਵਾ ਇਹੋ ਵਾਰ ਮੰਗਾਂ ਦਾ ਧਿਆਨ ਸੋ ਗੁਰੂ ਕੀ ਪਿਆਰੀ ਸਾਧ ਸਿੰਘ ਜੀ ਆਪ ਬੜੇ ਚਿਰ ਤੋਂ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਵਿੱਚ ਜੁੜੇ ਬੈਠੇ ਹੋ। ਦਾਸ ਨੇ ਵੀ 70-75 ਤੋਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ। ਮਹੰਤ ਬਾਬਾ ਪ੍ਰਤਾਪ ਸਿੰਘ ਨੇ ਇੱਕ ਵਾਰੀ ਬੜੇ ਪਿਆਰ ਨਾਲ ਇੱਕ ਬਚਨ ਸੁਣਾਇਆ, ਕਿਉਂ ਕਈ ਵਾਰ ਖੁਸ਼ੀ ਦੇ ਬਚਨ ਕਰਦੇ ਸੀ। ਸੁਖਮਨੀ ਸਾਹਿਬ ਵਿੱਚ ਰੌਲ ਲਾ ਕੇ ਨਿਕਲੇ, ਬਾਹਰ ਆਏ, ਜਲ ਛਕਿਆ, ਜਲ ਛਕ ਕੇ 5-7 ਬਿੰਗਮ ਸੀ ਬਚਨ ਕਰਨ ਲੱਗ ਗਏ, ਹਾਸੇ ਦੇ ਬਚਨ ਕਰਨ ਲੱਗ ਗਏ। ਪਿਆਰ ਵਿੱਚ ਆ ਕੇ ਕਹਿਣ ਲੱਗੇ, ਇੱਕ ਰਾਜਾ ਸੀ, ਸਿਰਫ 2 ਮਿੰਟ ਦੀ ਵਿਚਾਰ ਹੈ, ਮਗਰੋਂ ਹਰਜਸ ਲੈ ਜਾਣਾ ਹੈ। ਇੱਕ ਰਾਜਾ ਸੀ, ਉਹਦੇ ਕੋਲ ਕਹਿੰਦੇ ਇੱਕ ਪੰਡਿਤ ਚਲਾ ਗਿਆ। ਇਹ ਮਹਾਂਪੁਰਸ਼ਾਂ ਨੇ ਆਪ ਬਚਨ ਸੁਣਾਇਆ। ਕਹਿੰਦੇ ਪੰਡਿਤ ਚਲਾ ਗਿਆ, ਰਾਜਾ ਕਹਿੰਦਾ ਆਓ ਦੇਵਤਾ ਜੀ ਕਿਵੇਂ ਆਏ? ਕਹਿੰਦਾ ਮਹਾਰਾਜ ਜੀ ਨੌਕਰੀ ਦੀ ਭਾਲ ਵਿੱਚ ਆ, ਕਿਰਪਾ ਕਰੋ ਕੋਈ ਨੌਕਰੀ ਦੇ ਦਿਓ। ਕਹਿੰਦੇ ਕੀ ਕੰਮ ਕਰੇਗਾ? ਕਹਿੰਦਾ ਮਹਾਰਾਜ ਜੀ ਪੰਡਿਤ ਆ, ਰਾਮ ਰਾਮ ਹੀ ਕਰਨਾ, ਹੋਰ ਅਸੀਂ ਕਿਹੜੇ ਹੱਲ ਪਾਉਣੇ। ਕਹਿੰਦੇ ਚੰਗਾ, ਉਹ ਕਮਰਾ ਪਿਆ ਉੱਥੇ ਚਲਾ ਜਾ ਅਤੇ ਰਾਮ ਰਾਮ ਕਰੀ ਜਾ। ਕਹਿੰਦੇ ਪੰਡਿਤ ਜੀ ਉੱਥੇ ਚਲੇ ਗਏ, ਹੈਗੇ ਸੀ ਅਨਪੜ੍ਹ, ਆਉਂਦਾ ਕੁਛ ਹੈ ਨਹੀਂ ਸੀ। ਹੁਣ ਮਾਲਾ ਕੱਢ ਲਈ ਤੇ ਕਹਿਣ ਲੱਗੇ ਹੁਣ ਮੈਂ ਜਾਪ ਕੀ ਕਰਾਂ, ਆਉਂਦਾ ਤੇ ਮੈਨੂੰ ਕੁਛ ਹੈ ਨਹੀਂ। ਕਹਿਣ ਲੱਗੇ ਮਾਲਾ ਕੱਢ ਕੇ ਇਹ ਹੀ ਜਾਪ ਕਰਨ ਲੱਗਿਆ, ਕਹਿੰਦਾ ਮੈਂ ਰਾਜੇ ਦਾ ਜਾਪ ਕਰਦਾ, ਮੈਂ ਰਾਜੇ ਦਾ ਜਾਪ ਕਰਦਾ। 2 ਦਿਨ ਆਇਆ, 3 ਦਿਨ ਇੱਕ ਨਾਲ ਹੋਰ ਦਾ ਭਰਾ ਸੀ ਉਹਨੂੰ ਲੈ ਕੇ ਆ ਗਿਆ। ਰਾਜਾ ਕਹਿੰਦਾ ਅੱਜ 2 ਜਣੇ ਆ ਗਏ ਹੋ? ਕਹਿੰਦੇ ਮਹਾਰਾਜ ਜੀ ਇਹ ਮੇਰਾ ਭਰਾ ਹੈ, ਇਹਨੂੰ ਵੀ ਨੌਕਰੀ ਦੇ ਦਿਓ। ਕਹਿੰਦੇ ਇਹ ਕੀ ਕੰਮ ਕਰੇਗਾ? ਕਹਿੰਦੇ ਜੀ ਇਹ ਵੀ ਰਾਮ ਰਾਮ ਹੀ ਕਰਦਾ ਹੈ। ਕਹਿੰਦਾ ਚੰਗਾ ਲੈ ਜਾ ਆਪਦੇ ਨਾਲ ਹੀ। ਉੱਥੇ ਲੈ ਕੇ ਹੈਗਾ, ਉਹ ਵੀ ਅਨਪੜ੍ਹ ਸੀ। ਹੁਣ ਪਹਿਲੇ ਨੇ ਮਾਲਾ ਕੱਢੀ, ਕਹਿੰਦਾ ਮੈਂ ਰਾਜੇ ਦਾ ਜਾਪ ਕਰਦਾ, ਮੈਂ ਰਾਜੇ ਦਾ ਜਾਪ ਕਰਦਾ। ਦੂਜਾ ਅਨਪੜ੍ਹ ਸੀ, ਉਹ ਕਹਿੰਦਾ ਮੈਂ ਕੀ ਕਹਾਂ। ਉਹਨੇ ਵਿਉਂਤ ਬਣਾ ਕੇ ਸੋਚ ਕੇ ਕਹਿੰਦਾ ਜੋ ਇਹ ਕਹਿੰਦਾ ਉਹ ਕੁਛ ਹੀ ਮੈਂ ਕਹਿੰਦਾ, ਜੋ ਕੁਛ ਇਹ ਕਹਿੰਦਾ ਉਹ ਕੁਛ ਹੀ ਮੈਂ ਕਹਿੰਦਾ। ਦੋਵੇਂ ਜਣੇ 3 ਕੁ ਦਿਨ ਆਉਂਦੇ ਰਹੇ। 3ਜੇ ਦਿਨ ਇੱਕ ਭਰਾ ਉਹਨਾਂ ਦਾ ਹੋਰ ਸੀ, ਉਹਨੂੰ ਵੀ ਲੈ ਆਏ। ਰਾਜਾ ਕਹਿੰਦਾ ਕੀ ਗੱਲ, ਅੱਜ ਤੁਸੀਂ 3 ਜਣੇ ਆ ਗਏ ਹੋ? ਕਹਿੰਦੇ ਮਹਾਰਾਜ ਜੀ ਇਹ ਵੀ ਸਾਡਾ ਭਰਾ, ਇਹਨੂੰ ਵੀ ਨੌਕਰੀ ਦੇ ਦਿਓ। ਕਹਿਣ ਲੱਗੇ ਚੰਗਾ ਲੈ ਜਾ ਇਹਨੂੰ ਵੀ। ਉੱਥੇ ਉੱਥੇ ਚਲੇ ਗਏ। ਪਹਿਲੇ ਨੇ ਮਾਲਾ ਕੱਢੀ, ਕਹਿੰਦਾ ਮੈਂ ਰਾਜੇ ਦਾ ਜਾਪ ਕਰਦਾ। ਦੂਜਾ ਕਹਿੰਦਾ ਜੋ ਕੁਝ ਇਹ ਕਹਿੰਦਾ ਉਹ ਕੁਝ ਹੀ ਮੈਂ ਕਹਿੰਦਾ। 3ਜੇ ਨੇ ਸੋਚਣ ਮੈਂ ਕੀ ਕਹਾਂ। ਉਹ ਸੋਚ ਕੇ ਕਹਿੰਦਾ ਇਹ ਗੱਲ ਰਹਿਣੀ ਤਾਂ ਨਹੀਂ, ਇਹ ਗੱਲ ਰਹਿਣੀ ਤਾਂ ਨਹੀਂ, ਇਹ ਗੱਲ ਰਹਿਣੀ ਤਾਂ ਨਹੀਂ। 4 ਦਿਨ ਹੋਏ ਤੇ 5ਵੇਂ ਦਿਨ ਇੱਕ ਉਹਨਾਂ ਦਾ ਚੌਥਾ ਭਰਾ ਹੋਰ ਸੀ, ਉਹਨੂੰ ਵੀ ਨਾਲ ਲੈ ਕੇ ਆ ਗਏ। ਰਾਜਾ ਕਹਿੰਦਾ ਅੱਜ 4 ਜਣੇ ਆ ਗਏ ਹੋ? ਕਹਿੰਦੇ ਬਸ ਜੀ, 4 ਭਰਾ ਸੀ, 4 ਆ ਗਏ। ਰਾਜਾ ਕਹਿੰਦਾ ਚੰਗਾ ਲੈ ਜਾਓ ਇਹਨੂੰ ਵੀ ਉੱਥੇ।
ਉਧਰ ਨੂੰ ਲੈ ਗਏ, ਉਧਰ ਰਾਜੇ ਨੇ ਬੰਦਾ ਭੇਜਿਆ, ਵੇਖੋ ਵੀ ਇਹ ਦੇਵਤਾ ਜੀ ਕਰਦੇ ਕੀ ਨੇ। ਪਹਿਲੇ ਨੇ ਮਾਲਾ ਕੱਢੀ, ਕਹਿੰਦਾ ਮੈਂ ਰਾਜੇ ਦਾ ਜਾਪ ਕਰਦਾ, ਦੂਜਾ ਕਹਿੰਦਾ ਜੋ ਇਹ ਕਹਿੰਦਾ ਉਹ ਕੁਝ ਮੈਂ ਕਹਿੰਦਾ, ਤੀਜਾ ਕਹਿੰਦਾ ਇਹ ਗੱਲ ਰਹਿਣੀ ਤਾਂ ਨਹੀਂ, ਚੌਥਾ ਆ ਗਿਆ ਉਹ ਕਹਿੰਦਾ ਜਿੰਨਾ ਚਿਰ ਚੱਲੂ ਉਨਾ ਚਿਰ ਹੀ ਸਹੀ, ਜਿੰਨਾ ਚਿਰ ਚੱਲੂ ਉਨਾ ਚਿਰ ਹੀ ਸਹੀ। ਮਹਾਂਪੁਰਸ਼ ਇਸ ਤਰ੍ਹਾਂ ਦੇ ਕਈ ਵਾਰੀ ਬੜੇ ਪਿਆਰ ਨਾਲ ਬਚਨ ਸੁਣਾਇਆ ਕਰਦੇ ਸੀ, ਸਦਾ ਨਾਮ ਦੇ ਨਾਲ ਹੀ ਜੁੜੇ ਰਹਿੰਦੇ ਆ। ਕਿਤਨੇ ਮਹਾਂਪੁਰਸ਼ਾਂ ਨੇ ਹਰ ਜਸ ਕੀਤਾ, ਉਹਨਾਂ ਦੀ ਵਡਿਆਈ ਕੀਤੀ ਹੈ, ਵਡਿਆਈ ਕਰਨ ਦੇ ਕਾਬਲ ਸੀ ਤਾਂ ਹੀ ਵਡਿਆਈ ਕੀਤੀ ਜਾਂਦੀ। ਜਿਨ੍ਹਾਂ ਨੇ ਨਾਮ ਜਪਿਆ, ਜਨ ਸਤਿਗੁਰ ਨਾਨਕ ਪੂਜਿਆ ਤਿੰਨ ਹਰ ਪੂਜ ਕਰਾਵਾਂ, ਉਹ ਟਾਈਮ ਬਹੁਤ ਹੋ ਚੱਲਿਆ, ਹਰ ਜਸ ਪੌੜੀ ਲਾਈਏ। ਸਾਰੀਆਂ ਸੰਗਤਾਂ ਇੱਕ ਵਾਰੀ ਧਾਰਨ ਭਰ ਕੇ ਹਰ ਜਸ ਦੀ ਪੌੜੀ ਲਾ ਕੇ ਗੁਰੂ ਦੇ ਕੋਲੋਂ ਖੁਸ਼ੀਆਂ ਪ੍ਰਾਪਤ ਕਰੀਏ, ਕੋਈ ਰਸਨਾ ਖਾਲੀ ਨਾ ਰਹਿ ਜੇ। ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ, ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ, ਨਸੀਬਾਂ ਵਾਲੇ ਸਤਸੰਗ ਦੋ ਘੜੀਆਂ, ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ, 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 ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ, ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ, ਸਤਸੰਗ ਦੋ ਘੜੀਆਂ, ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਘੜੀਆਂ, ਹਰ ਜਸ ਗਾਇਓ ਸੰਤ ਜਣਾ ਮਿਲ, ਹਰ ਜਸ ਗਾਇਓ ਸੰਤ ਜਣਾ ਮਿਲ, ਗਾਇਓ ਸੰਤ ਜਣਾ ਮਿਲ, ਹਰ ਜਸ ਗਾਇਓ ਸੰਤ ਜਣਾ ਮਿਲ, ਕੋਟ ਜਨਮ ਕੇ ਦੁੱਖ ਗਵਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਕੋਟ ਜਨਮ ਕੇ ਦੁੱਖ ਗਵਾਇਓ, ਕੋਟ ਜਨਮ, ਜੋ ਚਾਹਤ ਸੋਹੀ ਮਨ ਪਾਇਓ, ਜੋ ਚਾਹਤ ਸੋਹੀ ਮਨ ਪਾਇਓ, ਕਰ ਕਿਰਪਾ ਹਰ ਨਾਮ ਗਵਾਇਓ, ਕਰ ਕਿਰਪਾ ਹਰ ਨਾਮ ਗਵਾਇਓ, ਸਰਬ ਸੁਖ ਹਰ ਨਾਮ ਵਡਾਈ, ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ, ਗੁਰ ਪ੍ਰਸਾਦ ਨਾਨਕ ਮਤ ਪਾਈ, ਹਰ ਜਸ ਗਾਇਓ ਸੰਤ ਜਣਾ ਮਿਲ, ਹਰ ਜਸ ਗਾਇਓ ਸੰਤ ਜਣਾ ਮਿਲ, ਹਰ ਜਸ ਗਾਇਓ ਸੰਤ ਜਣਾ, ਹਰ ਜਸ ਗਾਇਓ ਸੰਤ ਜਣਾ ਮਿਲ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਤਿਸੰਗ ਸਾਹਿਬ ਬੋਲਣਾ ਜੀ, ਸ੍ਰੀ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਬਾਬਾ ਜੀ, ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਕਥਾ ਕੀਰਤਨ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼, ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ।